ਮਾਮਲਾ ਇਹ ਸੀਗਾ ਜੀ ਵੀ ਇਹਨਾਂ ਨੇ ਇਸ਼ਤਿਹਾਰ ਲਾਇਆ ਸੀ ਕੁੜੀ ਵਾਲਿਆਂ ਨੇ ਵੀ ਸਾਡੇ ਕੋਲ ਪੈਸੇ ਹੈ ਨਹੀਂ ਤੇ ਜਾਂਦੀ ਹੋਈ ਜੀ ਉਹ ਜਦੋਂ ਇੱਥੋਂ ਗਈ ਵਧੀਆ ਸਾਡੇ ਡੂਢ ਮਹੀਨੇ ਘਰੇ ਲਾ ਕੇ ਗਈ ਹੈ ਜੀ ਜਾਂਦੀ ਹੋਈ ਉਹ ਕਹੇਗੀ ਮੈਂ ਤਾਂ ਅਣਮਿਲਟ ਹੈ ਜੀ ਇਹ ਤੁਹਾਡੇ ਸਾਹਮਣੇ ਤਸਵੀਰਾਂ 'ਚ ਨਜ਼ਰ ਆਉਂਦੇ ਆਪਣੇ ਪੁੱਤ ਦੀ ਵਿਆਹ ਦੀ ਐਲਬਮ ਦੇਖਦੇ ਉਹ ਮਾਪੇ ਨੇ ਜਿਨ੍ਹਾਂ ਨੇ ਕੁਝ ਸਮਾਂ ਪਹਿਲਾਂ ਨਵੰਬਰ 'ਚ ਚਾਵਾਂ ਦੇ ਨਾਲ ਆਪਣੇ ਪੁੱਤ ਦਾ ਵਿਆਹ ਕੀਤਾ ਸੀ ਤੇ ਤਸਵੀਰਾਂ 'ਚ ਨਜ਼ਰ ਆਉਂਦੀ ਉਹਨਾਂ ਦੀ ਇਹ ਨੂੰਹ ਲੱਭੀ ਸੀ ਅਖਬਾਰ 'ਚੋਂ ਜੀ ਹਾਂ ਜਿੱਥੇ ਪਰਿਵਾਰ ਨੇ ਅਖਬਾਰ 'ਚ ਇਸ਼ਤਿਹਾਰ ਪੜ੍ਹ ਕੇ ਆਪਣੇ ਪੁੱਤ ਦਾ ਵਿਆਹ ਇਸ ਲੜਕੀ ਦੇ ਨਾਲ ਤੈਅ ਕੀਤਾ ਸੀ ਇਸ਼ਤਿਹਾਰ 'ਚ ਲਿਖਿਆ ਸੀ ਕਿ ਆਈਲੈਟਸ ਕੀਤੀ ਹੋਈ ਕੁੜੀ ਰਮਨਪ੍ਰੀਤ ਲਈ ਵਰ ਦੀ ਲੋੜ ਹੈ ਜੋ ਕੈਨੇਡਾ ਜਾਣ ਦਾ ਸਾਰਾ ਖਰਚਾ ਚੁੱਕ ਸਕੇ ਤੇ ਬਦਲੇ 'ਚ ਕੁੜੀ ਵਿਆਹ ਦੇ ਬਾਅਦ ਉਸ ਨੂੰ ਕੈਨੇਡਾ ਲੈ ਜਾਵੇਗੀ ਤੇ ਹੁਣੇ ਦੇਖ ਕੇ ਇਸ ਪਰਿਵਾਰ ਨੇ ਵੀ ਆਪਣੇ ਪੁੱਤ ਪ੍ਰੀਤਮ ਸਿੰਘ ਦਾ ਭਵਿੱਖ ਸੁਨਹਿਰੀ ਬਣਾਉਣ ਲਈ ਉਸ ਨੂੰ ਕੈਨੇਡਾ ਭੇਜਣ ਲਈ ਸਾਰਾ ਖਰਚ ਕਰ ਦਿੱਤਾ ਕਰੀਬ 40 ਲੱਖ ਰੁਪਏ ਪਰਿਵਾਰ ਦੱਸਦੇ ਉਹਨਾਂ ਨੇ ਲਾ ਦਿੱਤੇ ਆਪਣੀ ਜ਼ਮੀਨ ਵੇਚ ਦਿੱਤੀ ਵਿਆਹ ਦਾ ਸਾਰਾ ਖਰਚਾ ਕੀਤਾ ਲਾਵਾਂ ਹੋਈਆਂ ਕੋਰਟ ਮੈਰਿਜ ਹੋਈ ਤੇ ਕੈਨੇਡਾ ਜਾਣ ਲੱਗੀ ਕੁੜੀ ਆਪਣੇ ਡਾਕੂਮੈਂਟਾਂ ਤੇ ਅਨਮੈਰਿਡ ਲਿਖਾ ਗਈ ਮਤਲਬ ਕਿ ਉਸਦਾ ਵਿਆਹ ਹੀ ਨਹੀਂ ਹੋਇਆ ਉਹ ਕੁਆਰੀ ਹੈ ਤੇ ਪੈਸੇ ਲੈ ਰਫੂ ਚੱਕਰ ਹੋ ਗਈ ਇਹ ਤਮਾਮ ਇਲਜ਼ਾਮ ਲਗਾਉਂਦੇ ਇਸ ਪਰਿਵਾਰ ਦਾ ਇੱਥੇ ਕੀ ਕਹਿਣਾ ਹੈ ਆਓ ਤੁਹਾਨੂੰ ਸੁਣਾਉਂਦੇ ਹਾਂ ਘਰ ਲਾਇਆ ਸੀ ਕੁੜੀ ਵਾਲਿਆਂ ਨੇ ਵੀ ਸਾਡੇ ਕੋਲ ਪੈਸੇ ਹੈ ਨਹੀਂ ਤੇ ਕੋਈ ਪੈਸੇ ਲਾਉਣ ਵਾਲਾ ਪਰਿਵਾਰ ਮਿਲ ਜੇ ਤੇ ਅਸੀਂ ਉਹਨਾਂ ਨੂੰ ਬਾਹਰ ਲੈ ਜਾਏ ਕੈਨੇਡਾ ਠੀਕ ਹੈ ਜੀ ਤੇ ਅਸੀਂ ਜੀ ਪੈਸੇ ਲਾਤੇ ਜੀ ਜ਼ਮੀਨ ਵੇਚ ਕੇ ਜੀ ਮੈਂ ਪਲਾਟ ਵੇਚ ਕੇ ਸਾਰਾ ਕੁਝ ਸਾਡਾ 40 ਲੱਖ ਰੁਪਇਆ ਲੈ ਲਿਆ ਜੀ ਇਹਨਾਂ ਪਰਿਵਾਰ ਵਿਆਹ ਵੀ ਹੋਇਆ ਪਹਿਲਾਂ ਵਿਆਹ ਹੋਇਆ ਹਾਂ ਜੀ ਵਿਆਹ ਹੋਇਆ ਜੀ 11ਵੇਂ ਮਹੀਨੇ 4 ਤਰੀਕ ਦਾ ਵਿਆਹ ਸੀਗਾ ਜੀ ਸਾਡਾ ਅੱਛਾ ਜੀ ਤੇ ਗੁਰਦੁਆਰਾ ਸਾਹਿਬ ਮੈਰਿਜ ਵੀ ਹੋਈ ਹੈ ਜੀ ਜੀ ਕੋਰਟ ਮੈਰਿਜ ਵੀ ਹੋਈ ਹੈ ਜੀ 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 ਤੇ ਜਾਂਦੀ ਹੋਈ ਜੀ ਉਹ ਜਦੋਂ ਇੱਥੋਂ ਗਈ ਵਧੀਆ ਸਾਡੇ ਡੂਢ ਮਹੀਨੇ ਘਰੇ ਲੱਗ ਗਈ ਹੈ ਜੀ 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 ਜਾਂਦੀ ਹੋਈ ਉਹ ਕਹੇਗੀ ਮੈਂ ਤਾਂ ਅਣਮਿਲਟ ਹੈ ਜੀ ਅੱਛਾ ਹੁਣ ਤੁਹਾਡੇ ਕੋਲ ਰਿਕਾਰਡ ਵਗੈਰਾ ਰਿਕਾਰਡ ਹਾਂ ਜੀ ਸਾਡੇ ਕੋਲ ਸਾਰੀਆਂ ਸਟੇਟਮੈਂਟਾਂ ਜੀ ਜਿਹੜੇ ਪੈਸੇ ਪਵਾਏ ਜੀ ਉਹਨੂੰ ਅੱਛਾ ਹਾਂ ਜੀ ਤੇ ਤੁਸੀਂ ਤਲਵੰਡੀ ਸਾਹਿਬ ਥਾਣੇ 'ਚ ਆਉਣੇ ਹੋ ਤੇ ਹਾਂ ਜੀ ਹਾਂ ਜੀ ਚੱਕਰ ਮਾਰ ਲਏ ਤੁਸੀਂ ਸਾਨੂੰ ਜੀ ਥਾਣੇ 'ਚ ਅਸੀਂ ਪਰਚਾ ਦਰਜ ਕਰਾਤਾ ਜੀ ਧੰਨਵਾਦ ਇਹਨਾਂ ਦਾ ਹੁਣ ਕੀ ਮੰਗ ਕਰਦੇ ਤੁਸੀਂ ਮੰਗ ਅਸੀਂ ਇਹ ਕਰਦੇ ਜੀ ਸਾਨੂੰ ਕੋਈ ਇਨਸਾਫ ਮਿਲਣਾ ਚਾਹੀਦਾ ਸਾਡਾ ਪੈਸਾ ਗਿਆ ਵਾਪਸ ਹੋਣਾ ਚਾਹੀਦਾ ਜੀ ਉਹਨਾਂ ਨੂੰ ਬਣਦੀ ਸਜ਼ਾ ਦਿੱਤੀ ਜਾਵੇ ਜਿਹਨੇ ਸਾਨੂੰ 3 ਸਾਲ ਹੋ ਗਏ ਸਜ਼ਾ ਕੱਟਦੇ ਨੂੰ ਜੀ ਕਿੰਨਾ ਕਿੰਨਾ ਨੂੰ ਖਿਲਾਫ ਕਹਿੰਦੇ ਹੋ ਤੁਸੀਂ ਸਜ਼ਾ ਦਿੱਤੀ ਜਾਵੇ ਅਸੀਂ ਜੀ ਗੁਰਬਚਨ ਸਿੰਘ ਹੈ ਜੀ ਕੁੜੀ ਦਾ ਪਿਓ ਮਨਜੀਤ ਕੌਰ ਉਹਦੀ ਮਾਂ ਹੈ ਜੀ ਭੈਣ ਹੈ ਜੀ ਉਹਦੀ ਸਰਬਜੀਤ ਕੌਰ ਭਰਾ ਦਲਜੀਤ ਸਿੰਘ ਹੈ ਜੀ ਤੇ ਉਹ ਕੁੜੀ ਹੈ ਜਿਹੜੀ ਉਹ ਕੈਨੇਡਾ ਬੈਠੀ ਹੈ ਜੀ ਉਹ ਮੇਰਾ ਨਾਮ ਮਨਜੀਤ ਕੌਰ ਹੈ ਜੀ ਅਸੀਂ ਵਿਆਹ ਵਧੀਆ ਕੀਤਾ ਖੁਸ਼ੀਆਂ ਨਾਲ ਵਧੀਆ ਅਸੀਂ ਵੇਖਿਆ ਵੀ ਸਾਡਾ ਮੁੰਡਾ ਬਾਹਰ ਜਾ ਵੜੂਗਾ ਵਧੀਆ ਜੀ ਪੈਸੇ ਪੂਸੇ ਲਾਏ ਸਾਰਾ ਕੁਛ ਵੇਚ ਕੇ ਖੋਏ 'ਚ ਵੱਟ ਕੇ ਉਹਦੇ ਉੱਤੇ ਲਾਤਾ ਜੀ ਅਤੇ ਸਾਨੂੰ ਚਾਅ ਸੀਗਾ ਵੀ ਸਾਡਾ ਮੁੰਡੇ ਨੂੰ ਲੈ ਜੂ ਕੈਨੇਡਾ ਵਧੀਆ ਸਾਡਾ ਇੱਕ ਘਰ ਹੀ ਬਣਿਆ ਸੀਗਾ ਜੀ ਕੀ ਪਤਾ ਸਾਡੇ ਨਾਲ ਜੀ ਠੱਗੀ ਮਾਰਨ ਦੇ ਮਾਰਿਆ ਨਹੀਂ ਕਰਿਆ ਅਤੇ ਕਿਵੇਂ ਕਰਿਆ ਹੁਣ ਜੀ ਇਹੀ ਮੰਗ ਕਰਦੇ ਹਾਂ ਵੀ ਸਾਡੇ ਪੈਸੇ ਆ ਜਾਣ ਜੀ ਵਾਪਸ ਕਰਨ ਸਾਡੇ 30-40 ਲੱਖ ਰੁਪਈਆ ਅਤੇ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹੋਰ ਲੋਕਾਂ ਨੂੰ ਜਿਵੇਂ ਤੁਹਾਡੇ ਨਾਲ ਠੱਗੀ ਵੱਜੀ ਹੈ ਅਸੀਂ ਜੀ ਹੋਰ ਲੋਕਾਂ ਨੂੰ ਇਹ ਕਹਿ ਰਹੇ ਹਾਂ ਵੀ ਦੇਖੋ ਆਪਾਂ ਕਹਿੰਦੇ ਵੀ ਚੰਗਾ ਕੋਈ ਕਿਸੇ ਗਰੀਬ ਘਰ ਦੀ ਕੁੜੀ ਬਾਹਰ ਵਗ ਜੇ ਪਰ ਇਹ ਪਰਿਵਾਰ ਨੇ ਗਰੀਬ ਘਰਾਂ ਦੇ ਉੱਤੇ ਇੱਕ ਤਰ੍ਹਾਂ ਦਾ ਬੰਦਿਸ਼ ਲਾਤਾ ਜੀ ਉੱਥੇ ਦੂਜੇ ਪਾਸੇ ਪੁਲਿਸ ਅਧਿਕਾਰੀਆਂ ਨਾਲ ਜਦੋਂ ਇਸ ਮਾਮਲੇ ਤੇ ਗੱਲ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਇਸ ਤੇ ਠੱਗੀ ਦਾ ਮਾਮਲਾ ਦਰਜ ਕਰ ਉਹਨਾਂ ਵੱਲੋਂ ਇਸ ਤੇ ਕਾਰਵਾਈ ਕੀਤੀ ਜਾ ਰਹੀ ਹੈ ਇਹ ਮਾਮਲਾ ਇੱਕ ਵਿਆਹ ਦੇ ਵਿੱਚ ਇਹਨਾਂ ਨੇ ਅਖਬਾਰ 'ਚੋਂ ਦੇਖ ਕੇ ਵਿਆਹ ਫਤਿਹਗੜ੍ਹ ਚੂੜੀਆਂ ਦੀ ਕੁੜੀ ਸੀਗੀ ਰਮਨਪ੍ਰੀਤ ਕੌਰ ਉਹਨੇ ਨਾਲ ਅਖਬਾਰ ਤੋਂ ਇਹਨਾਂ ਨੇ ਪੜ੍ਹਿਆ ਸੀਗਾ ਵੀ ਰਿਸ਼ਤਾ ਵੀ ਕੁੜੀ ਨੇ ਬਾਹਰ ਜਾਣਾ ਅਤੇ ਉਸ ਦੇ ਬੇਸ 'ਤੇ ਇਹਨਾਂ ਨੇ ਖਰਚਾ ਕੀਤਾ ਸੀਗਾ ਵਿਆਹ ਦੇ ਉੱਪਰ ਅਤੇ ਬਾਕੀ ਕੁਛ ਕੈਸ਼ ਦਿੱਤੇ ਸੀ ਕੁੜੀ ਦੇ ਬਾਹਰ ਜਾਣ ਦੀ ਵੀਜ਼ਾ ਲਵਾਉਣ ਦੀ ਫੀਸ ਸਾਰੀ ਜੋ ਖਾਤਿਆਂ 'ਚ ਐਂਟਰੀਆਂ ਕੀਤੀਆਂ ਇਹਨਾਂ ਵੱਲੋਂ ਖਾਤਿਆਂ 'ਚ ਪੈਸੇ ਪਵਾਏ ਗਏ ਆ ਉਹਦੇ ਫਤਿਹਗੜ੍ਹ ਚੂੜੀਆਂ ਦੀ ਪਾਰਟੀ ਸੀਗੀ ਜਿਹਨਾਂ ਨੇ ਮਤਲਬ ਉਸ ਤੋਂ ਬਾਅਦ ਕੁੜੀ ਚੱਲ ਗਈ ਬਾਹਰ ਅਤੇ ਉਦੋਂ ਮੁੰਡੇ ਨੂੰ ਲਿਜਾਣ ਤੋਂ ਮਨਾ ਕਰਤਾ ਉਹਨਾਂ ਨੇ ਅਤੇ ਜਿਹੜਾ ਪੈਸੇ ਧੇਲਾ ਸੀਗਾ ਉਹ ਵੀ ਨਹੀਂ ਵਾਪਸ ਕੀਤਾ ਉਹਨਾਂ ਦਾ ਅਤੇ ਉਹਨਾਂ ਨੇ ਠੱਗੀ ਮਾਰੀ ਉਸ ਬੇਸ 'ਤੇ 420 ਦੇ ਤਹਿਤ ਮੁਕੱਦਮਾ ਦਰਜ ਹੋਇਆ ਓਪੀਨੀਅਨ ਲੈਣ ਤੋਂ ਬਾਅਦ ਹੁਣ ਤਫਤੀਸ਼ ਜਾਰੀ ਅੱਗੇ ਕਿਹੜੇ ਕਿਹੜੇ ਦੋਸ਼ੀ ਕਿਹੜੇ ਕਿਹੜੇ ਦੋਸ਼ੀ ਹੈਗੇ ਇਹਦੇ 'ਚ ਆਪਣੀ ਇੱਕ ਤਾਂ ਕੁੜੀ ਆਪ ਹੋ ਗਈ ਰਮਨਪ੍ਰੀਤ ਕੌਰ ਹਾਂਜੀ ਗੁਰਬਚਨ ਸਿੰਘ ਆ ਹਾਂਜੀ ਮਨਜੀਤ ਕੌਰ ਮਦਰ ਫਾਦਰ ਦਲਜੀਤ ਸਿੰਘ ਇੱਕ ਹਾਂਜੀ ਅਤੇ ਇੱਕ ਸਰਬਜੀਤ ਕੌਰ 5 ਦੋਸ਼ੀ ਨੇ ਚਾਹੁੰਦੇ ਠੀਕ ਹੈ ਬਾਕੀ ਤਫਤੀਸ਼ ਜਾਰੀ ਹੈ ਪਾਰਟੀ ਬਾਹਰ ਦੀ ਫਤਿਹਗੜ੍ਹ ਚੂੜੀਆਂ ਦੀ ਦੇਖਦੇ ਹਾਂ ਇਸ ਤੋਂ ਬਾਅਦ ਕਿਵੇਂ ਤੁਹਾਨੂੰ ਜਾਣਾ ਕਰਨਾ ਹੁਣ ਇੱਥੇ ਕੈਨੇਡਾ ਦੇ ਨਾਂ ਤੇ ਵੱਜ ਰਹੀ ਆ ਠੱਗੀਆਂ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਕਈ ਲੋਕ ਠੱਗੀ ਦਾ ਸ਼ਿਕਾਰ ਹੋ ਰਹੇ ਨੇ ਇੰਜ ਇਸ ਪਰਿਵਾਰ ਦੇ ਵਾਂਗੂ ਭੋਲੇ ਭਾਲੇ ਲੋਕਾਂ ਨੂੰ ਕੈਨੇਡਾ ਦੇ ਖੁਆਬ ਦਿਖਾ ਕੇ ਠੱਗੀਆਂ ਮਾਰਨ ਦਾ ਇਹ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਖੈਰ ਵੇਖਣ ਵਾਲੀ ਗੱਲ ਹੈ ਕਿ ਇੱਥੇ ਹੁਣ ਪੁਲਿਸ ਇਸ ਮਾਮਲੇ ਤੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਅੱਗੇ ਕੀ ਕਾਰਵਾਈ ਕਰਦੀ ਹੈ ਤਲਵੰਡੀ ਸਾਬੋ ਤੋਂ ਲਖਵਿੰਦਰ ਸ਼ਰਮਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ
4 ਲੱਖ ਤੋਂ ਵੀ ਘੱਟ ਖਰਚੇ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਕੈਨੇਡਾ ਜਾਂ ਯੂਕੇ ਆਇਲਸ ਨਾਲ ਜਾਂ ਬਿਨਾਂ ਆਇਲਸ ਤੋਂ। ਇੱਕ ਵਾਰ ਫਲਾਈਰਾਈਟ ਵੀਜ਼ਾ ਕੰਸਲਟੈਂਟ ਦੇ ਲੁਧਿਆਣਾ ਆਫਿਸ ਜਾਂ ਚੰਡੀਗੜ੍ਹ ਆਫਿਸ ਆ ਕੇ ਮਿਲੋ ਜਾਂ ਸਾਨੂੰ ਕਾਲ ਕਰੋ 98156508 ਤੇ। ਥੈਂਕ ਯੂ।